ਸਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਹਾਂ ਜਰਜ ਸਿੰਘ ਚਾਹਲ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਿਤ ਨਵੇਂ ਦੇਣਾ ਵੱਡੇ ਵੱਡੇ ਅਤੇ ਚੰਗੇ ਚੰਗੇ ਐਲਾਨ ਕਰਕੇ ਪੰਜਾਬੀਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਧਰ ਦੂਜੇ ਪਾਸੇ ਸਰਕਾਰ ਦੇ ਬਾਰੇ ਕੋਈ ਨਾ ਕੋਈ ਅਜੀਹਾ ਖੁਲਾਸਾ ਹੋ ਜਾਂਦਾ ਏ ਜਿਸ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਕਿਰ ਜਾਂਦੇ ਨੇ ਹੁਣ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਇੱਕ ਬਹੁਤ ਵੱਡਾ ਖੁਲਾਸਾ ਪੰਜਾਬ ਸਰਕਾਰ ਬਾਰੇ ਕੀਤਾ ਗਿਆ ਹੈ ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇੱਕ ਵਾਰ ਫਿਰ ਤੋਂ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਜੋ ਨਵੇਂ ਮੁਹੱਲਾ ਕਲੀਨਿਕਾਂ ਦਾ ਉਦਘਾਟਨ 400 ਦੇ ਕਰੀਬ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਜਾਣਾ ਹੈ ਉਸ ਦੀ ਸਾਰੀ ਕੀਮਤ 10 ਕਰੋੜ ਰੁਪਏ ਹੈ ਭਾਵ ਉਸਤੇ 10 ਕਰੋੜ ਰੁਪਏ ਖਰਚਿਆ ਗਿਆ ਹੈ ਜਦ ਕਿ ਉਸ ਦੀ ਮਸ਼ਹੂਰੀ ਤੇ 30 ਕਰੋੜ ਰੁਪਏ ਖਰਚਣ ਦਾ ਪ੍ਰੋਗਰਾਮ ਮਾਨ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ ਲਾਇਆ ਗਿਆ ਹੈ 10 ਕਰੋੜ ਅਤੇ ਮਸ਼ਹੂਰੀ ਦਾ ਬਜਟ ਰੱਖਿਆ ਗਿਆ ਹੈ 30 ਕਰੋੜ ਰੁਪਏ ਅਤੇ ਇਸ ਦੇ ਵਿੱਚ ਖੁਲਾਸਾ ਇਹ ਹੋਇਆ ਹੈ ਕਿ ਆਈਏਐਸ ਅਜੋਏ ਸ਼ਰਮਾ ਜਿਹੜੇ ਕਿ ਪ੍ਰਿੰਸੀਪਲ ਸਕੱਤਰ ਸਿਹਤ ਵਿਭਾਗ ਦੇ ਸਨ ਅਤੇ ਇਸ ਤੋਂ ਇਲਾਵਾ ਉਹ ਵਿੱਤ ਕਮਿਸ਼ਨਰ ਸਨ ਟੈਕਸੇਸ਼ਨ ਦੇ ਜਿਨ੍ਹਾਂ ਦੇ ਵੱਲੋਂ ਇਸ ਬਜਟ ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਇਹ ਕਹਿ ਕੇ ਕਿ ਜਦੋਂ ਲੱਗ ਰਿਹਾ ਹੈ 10 ਕਰੋੜ ਰੁਪਈਆ ਤਾਂ ਉਸ ਦੀ ਮਸ਼ਹੂਰੀ ਲਈ ਫਿਰ ਮੈਂ 30 ਕਰੋੜ ਰੁਪਏ ਦਾ ਬਜਟ ਅਲਾਟ ਕਿਵੇਂ ਕਰ ਸਕਦਾ ਹਾਂ ਜਦ ਕਿ ਜ਼ਿਆਦਾਤਰ ਮਸ਼ਹੂਰੀ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਵਿੱਚ ਦਿੱਤੀ ਜਾ ਰਹੀ ਹੈ ਇਹ ਬਿਲਕੁਲ ਵੀ ਜਸਟੀਫਾਈ ਨਹੀਂ ਹੋ ਪਾਵੇਗਾ ਇਸ ਕਰਕੇ ਮੈਂ ਮਸ਼ਹੂਰੀਆਂ ਦੇ 30 ਕਰੋੜ ਰੁਪਏ ਦੇ ਬਜਟ ਤੇ ਸਾਈਨ ਨਹੀਂ ਕਰ ਸਕਦਾ ਇਹ ਰਿਪੋਰਟ ਦਾਵਾ ਕਰਦੀ ਹੈ ਕਿ ਜਿਉਂ ਹੀ ਉਸ ਆਈਏਐਸ ਅਫਸਰ ਨੇ ਹਸਤਾਖਰ ਕਰਨ ਤੋ ਇਨਕਾਰ ਕੀਤਾ ਉਸ ਨੂੰ ਹਟਾ ਦਿੱਤਾ ਗਿਆ ਹੈ ਆਈਐਸ ਅਜੋਏ ਸ਼ਰਮਾ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਨਹੀਂ ਹੁਣ ਸਿਹਤ ਵਿਭਾਗ ਦੇ ਉਹ ਪ੍ਰਿੰਸੀਪਲ ਸੈਕਟਰੀ ਨੇ ਅਤੇ ਨਾ ਹੀ ਉਹ ਵਿੱਤ ਕਮਿਸ਼ਨਰ ਟੈਕਸੇਸ਼ਨ ਰਹਿ ਗਏ ਨੇ ਅਤੇ ਉਹਨਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਵੀ ਅਜੇ ਤੱਕ ਨਹੀਂ ਦਿੱਤੀ ਗਈ ਹੈ ਅਤੇ ਉਹਨਾਂ ਦੀ ਥਾਂ ਤੇ ਹੁਣ ਨਵਿਆਂ ਨੂੰ ਇਨਚਾਰਜ ਬਣਾ ਦਿੱਤਾ ਗਿਆ ਹੈ ਵਿਕਾਸ ਪ੍ਰਤਾਪ ਨੂੰ ਬਣਾ ਦਿੱਤਾ ਗਿਆ ਹੈ ਵਿੱਤ ਕਮਿਸ਼ਨਰ ਟੈਕਸੇਸ਼ਨ ਦਾ ਅਤੇ ਵੀ ਕੇ ਮੀਨਾ ਨੂੰ ਬਣਾਇਆ ਗਿਆ ਹੈ ਇਨਚਾਰਜ ਡਿਪਾਰਟਮੈਂਟ ਆਫ ਹੈਲਥ ਦਾ ਭਾਵ ਸਿਹਤ ਮੈਕਮੇ ਦਾ ਇਨਚਾਰਜ ਵੀ ਕੇ ਮੀਨਾ ਨੂੰ ਬਣਾ ਦਿੱਤਾ ਗਿਆ ਹੈ ਪਹਿਲਾਂ 75 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਬਣਾਏ ਗਏ ਸਨ ਅਤੇ ਹੁਣ ਚਰਚਾ ਚੱਲ ਰਹੀ ਹੈ ਕਿ 27 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਆ ਸਕਦੇ ਨੇ ਅਤੇ ਦੋਵੇਂ ਮੁੱਖ ਮੰਤਰੀ ਰਲ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕਰ ਸਕਦੇ ਨੇ ਅਤੇ ਉਸ ਦੇ ਵਿੱਚ 400 ਦੇ ਕਰੀਬ ਮੁਹੱਲਾ ਕਲੀਨਿਕਾਂ ਦਾ ਕਾਟਣਾ ਕੀਤਾ ਜਾਵੇਗਾ ਪਰ ਜੋ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ 10 ਕਰੋੜ ਰੁਪਇਆ ਲਾ ਕੇ 30 ਕਰੋੜ ਰੁਪਏ ਮਸ਼ਹੂਰੀ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਦੇ ਲਈ ਅਫਸਰ ਨੂੰ ਵੀ ਹਟਾ ਦਿੱਤਾ ਗਿਆ ਹੈ ਲਾਂਬੇ ਕਰ ਦਿੱਤਾ ਗਿਆ ਹੈ ਤਾਂ ਵਿਰੋਧੀ ਪਾਰਟੀਆਂ ਨੇ ਇੱਥੇ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇਸ ਮਸਲੇ ਤੇ ਇੱਕ ਟਵੀਟ ਕੀਤਾ ਗਿਆ ਹੈ ਇੱਕ ਪਾਸੇ ਜਿੱਥੇ ਉਹਨਾਂ ਨੇ ਟਵੀਟ ਕਰਕੇ ਇਹ ਖਬਰ ਸਾਂਝੀ ਕੀਤੀ ਹੈ ਉਧਰ ਨਾਲ ਦੀ ਨਾਲ ਇੱਕ ਰਿਮੋਟ ਕੰ ਪट्रोल ਦੀ ਫੋਟੋ ਵੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਰਾਜਾ ਵੜਿੰਗ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕਿ ਇਹ ਤਾਂ ਸਿੱਧੀ ਸਿੱਧੀ ਲੁੱਟ ਹੈ ਅਤੇ ਚੋਰੀ ਹੈ 10 ਕਰੋੜ ਦੇ ਮਹੱਲਾ ਕਲੀਨਿਕਾਂ ਦੇ ਉੱਪਰ 30 ਕਰੋੜ ਰੁਪਏ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਉਹ ਵੀ ਪੰਜਾਬ ਤੋਂ ਬਾਹਰ ਇਹ ਤਾਂ ਲੁੱਟ ਹੈ ਅਤੇ ਚੋਰੀ ਹੈ ਬਿਲਕੁਲ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਨੂੰ ਚੂਸ ਹੀ ਲੈਣਾ ਹੈ ਅਤੇ ਜਿਸ ਅਫਸਰ ਨੇ ਇਹ ਕੰਮ ਕਰਨ ਤੋਂ ਨਾ ਕੀਤੀ ਅਤੇ ਆਵਾਜ਼ ਉਠਾਈ ਕਿ ਇਹ ਸਹੀ ਨਹੀਂ ਹੈ ਉਸ ਨੂੰ ਬਾਹਰ ਕਰ ਦਿੱਤਾ ਗਿਆ ਹੈ ਵਾਹ ਕੇਜਰੀਵਾਲ ਸਾਹਿਬ ਵਾਹ #rc ਵਰਤਿਆ ਗਿਆ ਹੈ ਰਾਜਾ ਵੜਿੰਗ ਦੇ ਵੱਲੋਂ rc ਦੇ ਦੋ ਮਤਲਬ ਕਾਂਗਰਸ ਪਾਰਟੀ ਦੇ ਵੱਲੋਂ ਕੱਢੇ ਜਾਂਦੇ ਨੇ ਇੱਕ ਤਾਂ ਕੱਢਿਆ ਜਾਂਦਾ ਹੈ ਰਿਮੋਟ ਕੰਟਰੋਲ ਜਿਸ ਦੀ ਕੇ ਫੋਟੋ ਵੀ ਰਾਜਾ ਵੜਿੰਗ ਨੇ ਆਪਣੇ ਟਵੀਟ ਦੇ ਵਿੱਚ ਸਾਂਝੀ ਕਰ ਦਿੱਤੀ ਹੈ ਅਤੇ ਦੂਜਾ ਮਤਲਬ ਕਾਂਗਰਸ ਪਾਰਟੀ ਦੇ ਵੱਲੋਂ rc ਦਾ ਰਗਵ ਚੱਡਾ ਵੀ ਕੱਢਿਆ ਜਾਂਦਾ ਹੈ ਕਿ ਅਸਲੀ ਮੁੱਖ ਮੰਤਰੀ ਪੰਜਾਬ ਦਾ ਹੈ ਰਗਵ ਚੱਡਾ ਰਾਹੁਲ ਗਾਂਧੀ ਨੇ ਵੀ ਬੀਤੇ ਦਿਨੀ ਇਹ ਗੱਲਾਂ ਆਖੀਆਂ ਸਨ ਅਤੇ ਆਪਣੇ ਟਵੀਟ ਦੇ ਵਿਚ ਹੈਸ਼ਟੈਗ ਵਰਤ ਦਿੱਤਾ ਗਿਆ ਹੈ ਰਾਜਾ ਵੜਿੰਗ ਦੇ ਵੱਲੋਂ ਗੱਲ ਜੇਕਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਟਵੀਟ ਕੀਤਾ ਹੈ ਕਹਿੰਦੇ ਨੇ ਇਹੀ ਹੈ ਦਿੱਲੀ ਦਾ ਸਿਹਤ ਮਾਡਲ ਰਾਜਾ ਵੜਿੰਗ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਵੀ ਇਹੀ ਸਵਾਲ ਚੁੱਕੇ ਨੇ ਜੋ ਕਿ ਰਾਜਾ ਵੜਿੰਗ ਦੇ ਵੱਲੋਂ ਚੁੱਕੇ ਗਏ ਨੇ ਟਵੀਟ ਦੇ ਵਿੱਚ ਖਹਿਰਾਂ ਲਿਖਿਆ ਕਿ ਇਹੀ ਹੈ ਦਿੱਲੀ ਦਾ ਹੈਲਥ ਮਾਡਲ ਜਿੰਨੇ ਪੈਸੇ ਤੁਸੀਂ ਲਾਉਂਦੇ ਹੋ ਕਿਸੇ ਪ੍ਰੋਜੈਕਟ ਤੇ ਉਸ ਦੇ ਉੱਪਰ 3 ਗੁਣਾ ਮਸ਼ਹੂਰੀ ਤੇ ਪੈਸੇ ਲਾ ਦਿਓ ਭਗਵੰਤ ਮਾਨ ਨੇ ਆਪਣੇ ਹੈਲਥ ਸੈਕਟਰੀ ਨੂੰ ਇਸੇ ਲਈ ਕੱਢ ਦਿੱਤਾ ਕਿਉਂਕਿ ਉਸ ਨੇ 30 ਕਰੋੜ ਰੁਪਏ ਮਸ਼ਹੂਰੀਆਂ ਤੇ ਲਾਉਣ ਤੋਂ ਨਾ ਕਰ ਦਿੱਤੀ ਸੀ ਸੈਂਕਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਹਨਾਂ ਨੇ ਪੰਜਾਬ ਦੇ ਪਿੰਡਾਂ ਦੀਆਂ ਡਿਸਪੈਂਸਰੀਆਂ ਨੂੰ ਖਰਾਬ ਕਰਕੇ ਰੱਖ ਦਿੱਤਾ ਏ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਏ ਸਿਰਫ ਤੇ ਸਿਰਫ ਡਰਾਮੇ ਕਰਨ ਦੇ ਲਈ ਅਤੇ ਅਰਵਿੰਦ ਕੇਜਰੀਵਾਲ ਦੇ ਹੰਕਾਰ ਨੂੰ ਹਉਮੇ ਨੂੰ ਪੱਠੇ ਪਾਉਣ ਦੇ ਲਈ ਇਹਨਾਂ ਨੇ ਪੰਜਾਬ ਦੀਆਂ ਪਿੰਡੂ ਡਿਸਪੈਂਸਰੀਆਂ ਨੂੰ ਵੀ ਤਬਾਹ ਕਰਕੇ ਰੱਖ ਦਿੱਤਾ ਏ ਇਹ ਤਿੱਖੇ ਸ਼ਬਦ ਆਪਣੇ ਟਵੀਟ ਦੇ ਵਿੱਚ ਵਰਤੇ ਗਏ ਨੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜੇਕਰ ਹੁਣ ਭਗਵੰਤ ਮਾਨ ਤੇ ਵੱਡੇ ਵੱਡੇ ਇਲਜ਼ਾਮ ਕਾਂਗਰਸੀਆਂ ਨੇ ਲਾ ਦਿੱਤੇ ਨੇ ਤਾਂ ਫਿਰ ਸ਼੍ਰੋਮਣੀ ਖਾਲਦਲ ਪਿੱਛੇ ਕਿਵੇਂ ਰਹਿ ਸਕਦਾ ਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੇ ਅਧਿਕਾਰਤ ਫੇਸਬੁਕ ਪੇਜ ਤੇ ਦੋ ਖਬਰਾਂ ਸਾਂਝੀਆਂ ਕੀਤੀਆਂ ਇੱਕ ਤਾਂ ਇਹ ਖਬਰ ਸਾਂਝੀ ਕੀਤੀ ਕਿ 10 ਕਰੋੜ ਰੁਪਇਆ ਲਾ ਕੇ ਉੱਤੇ 30 ਕਰੋੜ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਜਿਸ ਅਫਸਰ ਨੇ ਮਣਾ ਕੀਤਾ ਉਸ ਨੂੰ ਹਟਾ ਦਿੱਤਾ ਗਿਆ ਹੈ ਨਾਲ ਦੀ ਨਾਲ ਉਹਨਾਂ ਨੇ ਮਾਤਾ ਕਸ਼ਲਿਆ ਹਸਪਤਾਲ ਦੀ ਵੀ ਖਬਰ ਸਾਂਝੀ ਕਰ ਦਿੱਤੀ ਹੈ ਜਿੱਥੇ ਕਿ ਸਰਿੰਜਾਂ ਮੁਕੀਆਂ ਹੋਈਆਂ ਨੇ ਹਸਪਤਾਲ ਦੇ ਵਿੱਚ ਸਰਿੰਜਾਂ ਹੀ ਹੈ ਨਹੀਂ ਜਿਹੜੇ ਮਰੀਜ਼ ਉੱਥੇ ਆਉਂਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਾਓ ਬਾਹਰੋਂ ਖਰੀਦ ਕੇ ਲਿਆਓ ਸਰਿੰਜਾਂ ਉਸ ਤੋਂ ਬਾਅਦ ਹੀ ਤੁਹਾਡਾ ਇਲਾਜ ਕੀਤਾ ਜਾ ਸਕਦਾ ਹੈ ਇਹ ਖਬਰਾਂ ਸਾਂਝੀਆਂ ਕਰਕੇ ਸੁਖਬੀਰ ਸਿੰਘ ਬਾਦਲ ਉਹ ਵੀ ਇਹੀ ਸਵਾਲ ਚੁੱਕ ਰਹੇ ਨੇ ਕਿ ਕਟ ਪੁਤਲੀ ਹੈ ਭਗਵੰਤ ਸਿੰਘ ਮਾਨ ਆਪਣੇ ਟਵੀਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ਕਿ ਇੱਕ ਪਾਸੇ ਜਿੱਥੇ ਮਰੀਜ਼ਾਂ ਨੂੰ ਸਿਰੰਜਾ ਖਰੀਦ ਕੇ ਲਿਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਦਿੱਲੀ ਦੀ ਕਟਪੁਤਲੀ ਭਗਵੰਤ ਮਾਨ ਦੇ ਵੱਲੋਂ 30 ਕਰੋੜ ਰੁਪਈਆ ਵੇਸਟ ਕੀਤਾ ਜਾ ਰਿਹਾ ਹੈ ਉਹ ਵੀ ਬੇਕਾਰ ਦੇ ਮੁਹੱਲਾ ਕਲੀਨਿਕਾਂ ਦੀ ਮਸ਼ਹੂਰੀ ਤੇ ਅਤੇ ਜੇਕਰ ਕੋਈ ਅਫਸਰ ਇਸ ਤੋਂ ਇਨਕਾਰ ਕਰਦਾ ਹੈ ਸਵਾਲ ਚੁੱਕਦਾ ਹੈ ਕਿ ਪੈਸੇ ਬਰਬਾਦ ਕਿਉਂ ਕਰਨੇ ਨੇ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਸ਼ਰਮਨਾਕ ਹੈ ਅਜਿਹੀ ਪੋਸਟ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਪਾਈ ਗਈ ਹੈ ਅਕਾਲੀ ਦਲ ਦੇ ਹੀ ਇੱਕ ਹੋਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਇਹ ਖਬਰ ਸਾਂਝੀ ਕੀਤੀ ਹੈ ਅਤੇ ਇੱਕ ਪੋਸਟ ਉਹਨਾਂ ਦੇ ਵੱਲੋਂ ਵੀ ਪਾਈ ਗਈ ਹੈ ਅਤੇ ਉਹ ਤਾਂ ਕਹਿੰਦੇ ਨੇ ਕਿ ਅੱਗੇ-ਅੱਗੇ ਦੇਖੋ ਹੋਤਾ ਹੈ ਕੀ ਆਪਣੀ ਪੋਸਟ ਦੇ ਵਿੱਚ ਵਲਟੋਹਾ ਲਿਖਦੇ ਨੇ ਭਗਵੰਤ ਮਾਨ ਸਰਕਾਰ ਦਾ ਨਵਾਂ ਕਾਰਨਾਮਾ ਸਿਹਤ ਵਿਭਾਗ ਵਿੱਚ ਕੰਮ 10 ਕਰੋੜ ਦਾ ਤੇ ਉਸ ਦੀ ਇਸ਼ਤਿਹਾਰਬਾਜ਼ੀ ਲਈ ਖਰਚ ਕਰ ਰਹੀ ਸੀ 30 ਕਰੋੜ ਰੁਪਏ ਅਫਸਰ ਨੇ ਕੀਤਾ ਇਤਰਾਜ਼ ਕਰ ਦਿੱਤੀ ਬਦਲੀ ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਇੱਥੇ ਮਾਨ ਸਰਕਾਰ ਤੇ ਤੰਜ ਕੱਸਿਆ ਗਿਆ ਹੈ ਅਜਿਹੀਆਂ ਹੀ ਕੁਝ ਹੋਰ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਮਾਤਾ ਕਛਲਿਆ ਹਸਪਤਾਲ ਦੀ ਖਬਰ ਸਾਂਝੀ ਕੀਤੀ ਹੈ ਉੱਥੋਂ ਦੋ ਖਬਰਾਂ ਸਾਹਮਣੇ ਆਈਆਂ ਨੇ ਇੱਕ ਤਾਂ ਇਹ ਖਬਰ ਸਾਹਮਣੇ ਆਈ ਹੈ ਕਿ ਪਿਛਲੇ 4 ਦਿਨਾਂ ਤੋਂ ਉੱਥੇ ਸਰਿੰਜਾਂ ਦਾ ਸਟਾਕ ਖਤਮ ਹੈ ਅਤੇ ਮਰੀਜ਼ਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਾਓ ਸਰਿੰਜਾਂ ਖਰੀਦ ਕੇ ਲਿਆਓ ਅਤੇ ਦੂਜੀ ਖਬਰ ਉਥੋਂ ਇਹ ਆਈ ਹੈ ਕਿ ਉਥੇ CBC ਟੈਸਟ ਕਰਨ ਵਾਲੀ ਮਸ਼ੀਨ ਵੀ ਖਰਾਬ ਹੈ ਅਤੇ ਮਰੀਜ਼ਾਂ ਨੂੰ 1250 ਰੁਪਏ ਦਾ ਪੈਸੇ ਖਰਚ ਕੇ ਪ੍ਰਾਈਵੇਟ ਲੈਬਾਂ ਤੋਂ ਟੈਸਟ ਕਰਵਾਉਣਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਕਿਹੜੇ ਸਿਹਤ ਮਾਡਲ ਦੀਆਂ ਗੱਲਾਂ ਤੁਸੀਂ ਕਰਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇੱਕੋ ਹੀ ਗੱਲ ਕਰਦੇ ਨੇ ਕਿ ਸਾਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਬੀਤੇ ਦਿਨ ਵੀ ਉਹਨਾਂ ਨੇ ਕਿਹਾ ਸੀ ਕਿ ਇਹ ਜੜੀਆਂ ਵਿਰੋਧੀ ਪਾਰਟੀਆਂ ਨੇ ਇਹ ਸਿਰਫ ਨੁਕਸੇ ਕੱਢਣ ਤੇ ਲੱਗੀਆਂ ਰਹਿੰਦੀਆਂ ਨੇ ਆਲੋਚਨਾ ਕਰਨਾ ਚੰਗੀ ਗੱਲ ਹੈ ਪਰ ਇਹ ਸਿਰਫ ਤੇ ਸਿਰਫ ਨੁਕਸ ਕੱਢਣ ਵਾਲੇ ਲੋਕ ਨੇ ਜਿਹੜੇ ਆਕਾਲੀ ਅਤੇ ਕਾਂਗਰਸੀ ਨੇ ਇਹ ਬੁਖਲਾ ਗਏ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਕਿਵੇਂ ਬਣ ਗਿਆ ਹੈ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਅਝੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਇੱਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਜੋ ਇਹ ਖੁਲਾਸਾ ਹੋਇਆ ਹੈ ਕਿ 10 ਕਰੋੜ ਦੇ ਮਹੱਲਾ ਕਲੀਨਿਕ ਅਤੇ 30 ਕਰੋੜ ਦੀ ਮਸ਼ਹੂਰੀ ਕੀ ਇਹ ਠੀਕ ਹੈ ਅਜੀਹਾ ਹੋਣਾ ਚਾਹੀਦਾ ਹੈ ਕਿ ਜਾਂ ਫਿਰ ਇਹ ਗਲਤ ਹੈ ਜੋ ਵੀ ਤੁਹਾਨੂੰ ਲੱਗਦਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਇਸ ਤਰ੍ਹਾਂ ਹੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਹਲ ਅਗਲੀ ਵਾਰ ਫਿਰ ਆਜ਼ ਰਵਾਂਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ